ਵਾਹਿਗੁਰੂ ਜੀ ਕੀ ਫਤਿਹ। ਫਿਰ ਬੋਲੋ ਪਿਆਰ ਨਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਟਾਈਮ ਬਾਬਾ ਤੁਸੀਂ ਸੁਣ ਲਿਆ, ਉਹਨਾਂ ਤੋਂ ਵਧਣਾ ਨਹੀਂ। ਤੁਹਾਡੀ ਪ੍ਰੋਗਰਾਮ ਸੁਣਦੇ ਹੋ, ਮੈਂ ਤੁਹਾਡੀਆਂ ਤੋਂ ਬਿਨਾਂ ਹੀ ਤੁਹਾਡੇ ਸਾਹਮਣੇ ਇਕੱਲਾ, ਕਿਉਂਕਿ ਮਿੰਟ ਤਾਂ ਪੰਜ ਮਿਲਦੇ ਹੈ ਅਤੇ ਮੇਰੇ ਇਸੇ ਪੰਜੇ ਆਉਣੇ ਜੇ ਸਾਰੇ ਲੇਖੇ ਨੂੰ ਵੀ ਬਦਲੀ। ਤੋ ਮੈਂ ਅਰਦਾਸ ਕਰਾਂ ਕਿ ਗੁਰੂ ਹਰਗੋਬਿੰਦ ਮਹਾਰਾਜ ਜਿਹਨਾਂ ਨੇ ਅਕਾਲ ਤਖ਼ਤ ਦੀ ਰਚਨਾ ਕੀਤੀ ਅਤੇ ਸਾਰੀਆਂ ਸੰਗਤਾਂ ਨੂੰ ਇਲਾਕੇ ਦੇ ਉਹਨਾਂ ਨੂੰ ਬਾਹਰ ਦੇ ਨੂੰ ਸੱਦੇ ਅਤੇ ਆਪਣਾ ਪ੍ਰੋਗਰਾਮ ਗੁਰੂ ਹਰਗੋਬਿੰਦ ਮਹਾਰਾਜ ਨੇ ਪੇਸ਼ ਕਰਨ ਤੋਂ ਪਹਿਲੇ ਇੱਕੋ ਗੱਲ ਆਖੀ, ਖਾਲਸਾ ਜੀ ਸਤਿਗੁਰ ਕਹਿੰਦੇ ਸੋ ਭਾਈ ਸਿੱਖੋ, ਮਾਲਾ ਫੜ ਕੇ ਵੇਖ ਲਿਆ ਹੈ। ਸਤਿਗੁਰ ਕਹਿੰਦੇ ਸੋ ਭਾਈ ਸਿੱਖੋ, ਮਾਲਾ ਫੜ ਕੇ ਵੇਖ ਲਿਆ ਹੈ। ਬਾਬਰ ਦੀ ਜੇਲ ਕੱਟੀ, ਜੇਲ ਕੱਢ ਕੇ ਵੇਖ ਲਿਆ ਹੈ। ਤੇਰਾ ਭਾਣਾ ਮਿੱਠਾ ਲੱਗੇ, ਇਹ ਵੀ ਪੜ੍ਹ ਕੇ ਵੇਖ ਲਿਆ ਹੈ। ਅੱਗ ਦੀਆਂ ਸੜਦੀਆਂ ਲਾਟਾਂ ਉੱਤੇ ਬਹਿ ਕੇ ਸੜ ਕੇ ਵੇਖ ਲਿਆ ਹੈ। ਪੂਰੀਆਂ ਕੀਤੀਆਂ ਕੁੱਲ ਸੁਝਾਵਾਂ ਜੋ ਸਨ ਸਾਡੇ ਤੁਮੇ ਲਾਈਆਂ, ਇਸ ਲਈ ਮੇਰੀ ਪੀਰੀ ਦੀਆਂ ਹੁਣ ਦੋ ਕੁਰਬਾਨਾਂ ਕਰਦੇ। ਉਹ ਮੇਰੀ ਪੀਰ ਦੇ ਮਾਲਕ ਜਿਨ੍ਹਾਂ ਦੀ ਬਾਬਤ ਭਾਈ ਗੁਰਦਾਸ ਨੇ ਆਪਣੀਆਂ ਬਾਰਾਂ ਵਿੱਚ ਲਿਖਿਆ, ਪੰਜ ਪਿਆਲੇ ਪੰਜ ਪੀਰ, ਛੱਟਣ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਮ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ, ਚੱਲੀ ਪੀੜ੍ਹੀ ਸੋਢੀਆਂ ਰੂਪ ਦਿਖਾਉਣ ਬਾਰੋ ਬਾਰੀ, ਦਲ ਭੰਜਨ ਗੁਰਸੂਰਮਾ ਵੱਡ ਜੋਧਾ ਬਹੁ ਫੁੱਲ ਉਤਾਰੀ। ਪਹਿਲਾਂ ਵੇਲੜੇ ਆਈ ਅੰਤ ਵੇਲੇ ਨੇ ਪੁੱਤ ਤੇ ਧੀ ਹੋਣਾ, ਅਜੀਤ ਉਹਦੀਆਂ ਉਹ ਹੀ ਜਾਣਦਾ ਹੈ, ਨਹੀਂ ਪਤਾ ਕਿ ਘੜੀ ਨੂੰ ਕੀ ਹੋਣਾ। ਤੂੰ ਇਹ ਬੰਦਿਆ ਘਰ ਦੇ ਦਲਾ, ਇੱਕ ਦਿਨ ਤੈਨੂੰ ਖੁਰਨਾ ਪੈਣਾ, ਨਾ ਖੁਰਿਆ ਤਾਂ ਟੁਕੜੇ ਹੋਵੋ, ਫੁੱਟ ਫੁੱਟ ਤੈਨੂੰ ਭੁਰਨਾ ਪੈਣਾ, ਭਰਿਆ ਮੇਲਾ ਛੱਡ ਕੇ ਸਾਰਾ ਤੈਨੂੰ ਇੱਥੋਂ ਤੁਰਨਾ ਪੈਣਾ, ਜਿੰਨਾ ਤੂੰ ਹੁਣ ਫੁੱਲ ਫੁੱਲ ਬੈਠਾ ਓਨਾ ਹੀ ਤੈਨੂੰ ਤੁਰਨਾ ਪੈਣਾ। ਮਾਪੇ ਭੈਣਾਂ ਭਾਈ ਤੇਰੇ ਆਖਰ ਤੈਨੂੰ ਛੱਡ ਦੇਣਗੇ, ਹੰਸੋ ਰਾਲੀ ਮਾਰ ਗਿਆ ਜਦ ਤੈਨੂੰ ਕਰ ਦੋ ਕੱਢ ਦੇਣਗੇ, ਲੱਕੜਾਂ ਦੇ ਉਤਰਾ ਕੇ ਤੈਨੂੰ ਡੇਰਾ ਫਸਦਾ ਵੜ ਦੇਣਗੇ, ਜਾਂ ਫਿਰ ਤੋਰ ਖੋਲ ਕੇ ਤੈਨੂੰ ਵਿੱਚ ਜ਼ਮੀਨ ਦੇ ਕਰ ਦੇਣਗੇ। ਇਸਦੇ ਪਿੱਛੋਂ ਸੱਚਮੁੱਚ ਤੈਨੂੰ ਫਿਰ ਕਿਸੇ ਨੇ ਯਾਦ ਨਹੀਂ ਕਰਨਾ, ਤੇਰਾ ਨਾਮ ਕਿਸੇ ਨੇ ਲੈ ਕੇ ਬਿਲਕੁਲ ਹੌਕਾ ਤੱਕ ਨਹੀਂ ਭਰਨਾ। ਇਹ ਗੱਲ ਮਿੱਤਰਾ ਸੋਲਾਂ ਨੇ ਦੁਨੀਆਂ ਮਰਦੀ ਤੈਂ ਵੀ ਮਰਨਾ, ਪਰ ਸਾਡੀ ਗੱਲ ਤੋਂ ਦਿਲ ਵਿੱਚ ਰੱਖ ਲਾ, ਤੈਨੂੰ ਚਾਹੀਏ ਰੱਬ ਨੂੰ ਡਰਨਾ। ਮੇਰਾ ਖਿਆਲ ਟਾਈਮ ਹੋ ਗਿਆ ਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਮਿੰਟ ਚਾਰ ਲਾਏ ਔਰ ਬਹੁਤ ਕੀਮਤੀ ਗੱਲਾਂ ਜੀਵਨ ਪ੍ਰਤੀ ਕਹਿ ਕੇ ਗਏ। ਇਹ ਤਜਰਬਾ ਨਾ ਜ਼ਿੰਦਗੀ ਦਾ ਮੇਰੇ ਬੱਚਿਆਂ ਨੂੰ, ਇਹਨਾਂ ਬੱਚਿਆਂ ਨੂੰ ਜੋ ਨੌਜਵਾਨ ਨੇ ਨਾ, ਮੁਬਾਰਕ ਹੈ। ਨਹੀਂ ਤਾਂ ਕਈ ਮੁੰਡੇ ਲਾਗੇ ਨਹੀਂ ਆਉਂਦੇ, ਕਹਿੰਦੇ ਰਾਜ ਨੂੰ ਕੁਛ ਨਹੀਂ ਰਿਹਾ।